ਨਵੇਂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬੱਬੂ ਤੇ ਇਸ ਵਾਰ ਤੇ ਖੜੇ ਬਾਈ ਜੀ ਆਪਾਂ ਮੋਗੇ ਟਰੈਕਟਰਾਂ ਦੀ ਮੰਡੀ ਤੇ ਕਰਨਾਲ ਟਰੈਕਟਰ ਸੇਲ ਪਰਚੇ ਜਾਵਾਂਗੇ। ਠੀਕ ਹੈ ਬਾਈ, ਤੁਹਾਨੂੰ ਅੱਜ ਨਵੀਆਂ ਨਵੀਆਂ ਕੰਡੀਸ਼ਨਾਂ ਦੇ ਟਰੈਕਟਰ ਦਿਖਾਵਾਂਗੇ ਬਾਈ ਜੀ। ਜਿਵੇਂ ਕਹਿੰਦੇ ਬਾਈਆਂ ਕੋਲ ਬਹੁਤ ਜ਼ਿਆਦਾ ਟਰੈਕਟਰ ਹੁੰਦੇ ਨੇਗੇ, ਜੇ ਬਾਈ ਕਿਸੇ ਨੇ ਵੀ ਖਰੀਦਣਾ ਟਰੈਕਟਰ ਤਾਂ ਕਰਨਾਲ ਟਰੈਕਟਰ ਸੇਲ ਪਰਚੇ ਜਾਣ ਨਾਲ ਸੰਪਰਕ ਕਰ ਸਕਦੇ ਹੋਗੇ। ਮੇਨ ਰੋਡ ਦੇ ਪੁਲ ਦੇ ਨਾਲ ਹੀ ਹੈ ਬਾਈ ਜੀ। ਠੀਕ ਹੈ, ਤੇ ਟਰੈਕਟਰਾਂ ਬਾਰੇ ਗੱਲਬਾਤ ਕਰਾਂਗੇ ਕੀ ਕੀ ਮਾਡਲ ਹੁੰਦੇ ਨੇ ਇਹਨਾਂ ਕੋਲ ਤੇ ਕੀ ਕੀ ਰੇਟ ਹੁੰਦੇ ਨੇ। ਬਣੇ ਰਹੋ ਵੀਡੀਓ 'ਚ। ਲਓ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਹਾਂਗੇ। ਮਹਿੰਦਰਾ 605 DI ਤੇ ਪੰਜਾਬ ਨੰਬਰ ਹੈਗਾ ਤੇ 17 ਮਾਡਲ ਆ। ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ, ਟਾਇਰ 4 ਨਵੇਂ ਸਾਈਡ ਗੇਅਰ 'ਚ ਆ ਜਾਂਦਾ ਹੈਗਾ ਤੇ ਝੋਟਾ ਟਰੈਕਟਰ ਜਾਂਦਾ ਜੀ। ਟੋਪ ਮਾਡਲ ਡਬਲ ਡਿਸਟ੍ਰੀਬਿਊਟਰ ਆ, ਡੰਡਾ ਡਰਾਵਲ ਫੱਟੀ ਨਾਲ ਹੈਗਾ। ਠੀਕ ਹੈ ਜੀ, ਓਕੇ ਰਿਪੋਰਟ ਆ ਤੇ ਸਿੰਪਲ ਸਭ ਕੱਪੜੇ ਦੀ ਛੱਤ ਨਹੀਂ ਲੱਗੇ ਹੋਏ ਜੀ, ਪਾਵਰ ਸਟੇਰਿੰਗ ਵਿੱਚ ਆ ਜਾਂਦਾ ਹੈਗਾ। ਤੇ ਰੇਟ ਦੀ ਗੱਲ ਕਰੀਏ ਬਾਈ ਜੀ, 5,90,000 ਰੁਪਇਆ ਰੇਟ ਆ ਬਾਈ ਜੀ। ਦੇਖ ਸਕਦੇ ਹੋ ਕੰਡੀਸ਼ਨ ਐਨ ਸਾਫ਼ ਹੈ ਬਾਈ, ਨਵਾਂ ਟਰੈਕਟਰ ਜਿਹਨੂੰ ਕਰੀਏ 605 DI। ਤੇ ਅਗਲਾ ਆਏਗਾ ਬਾਈ ਜੀ ਸਿਕੰਦਰ 55 HP 'ਚ। ਠੀਕ ਹੈ ਸਿਕੰਦਰ। ਤੇ ਟਾਇਰਾਂ ਦੀ ਗੱਲ ਕਰੀਏ, ਟਾਇਰ ਹੈਗੇ ਨੇ ਬਾਈ ਜੀ 95 ਪੈਸੇ, 95 ਤਾਂ ਪਲੱਸ ਪਲੱਸ ਹੀ ਨੇ ਬਾਈ ਜੀ, ਘੱਟ ਨਹੀਂ ਹੈਗੇ। ਸੋਨਾਲੀਕਾ DI 50, ਇਹ 50 ਹੋ। ਤੇ ਇਹ ਹੈਗਾ ਬਾਈ ਜੀ 52 ਹਾਊਸ ਪਾਵਰ 'ਚ ਤੇ 19 ਮਾਡਲ ਆ ਤੇ 4,95,000 ਰੁਪਇਆ ਰੇਟ ਆ। ਪਾਵਰ ਸਟੇਰਿੰਗ 'ਚ ਆ ਜਾਂਦਾ ਜੀ, ਸਿੰਪਲ ਕੱਪੜੇ ਦੀ ਛਾਤਰੀ ਹੈਗੀ। ਟਰੈਕਟਰ ਸਾਰਾ ਜੈਨੂਅਨ ਹੈਗਾ, 55 ਹਾਊਸ ਪਾਵਰ 'ਚ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ, ਕੰਡੀਸ਼ਨ ਸਾਫ਼ ਆ। ਡਬਲ ਡਿਸਟ੍ਰੀਬਿਊਟਰ 'ਚ ਆ ਜਾਂਦਾ ਹੈਗਾ ਅਤੇ ਮਗਰਾਟਾ ਵਗੈਰਾ ਦੀ ਕੰਡੀਸ਼ਨ ਦੀ ਗੱਲ ਕਰੀਏ, ਮਗਰਾਟ ਵਗੈਰਾ ਵੀ ਬਾਈ ਜੀ ਸਾਫ਼ ਨੇ। 55 HP 'ਚ। ਅਤੇ ਅਗਲਾ ਹੈਗਾ ਬਾਈ ਜੀ ਫਾਰਮ ਟਰੈਕ 60 EPI ਵਾਲਾ। ਠੀਕ ਹੈ ਜੀ, EPI ਵਾਲਾ। ਅਤੇ ਜਿਵੇਂ ਕਹਿੰਦੇ ਬਾਈ ਜੀ ਫਾਰਮ 60 ਦਾ ਕਹੀ ਗਿਆ ਜੀ, ਫੋਰ ਤੇ ਹਿੱਸਾ ਵੀ ਲਵਾ ਲੈਂਦੇ ਨੇ ਬਾਈ। ਅਤੇ ਮਾਡਲ ਦੀ ਗੱਲ ਮੇਰੀ ਕਰੀਏ ਬਾਈ ਜੀ, 2016 ਮਾਡਲ ਹੈਗਾ ਅਤੇ ਝੋਟੇ ਗੇਅਰ ਵਾਲਾ ਸੁਪਰ ਮੈਕਸ ਬਾਈ ਜੀ। ਅਤੇ ਟਰੈਕਟਰ ਸਾਰਾ ਜੈਨੂਅਨ ਹੈਗਾ ਅਤੇ ਟਾਇਰ ਜਿਹੜੇ 4 ਨੇ ਬਾਈ ਜੀ ਨਵੇਂ ਨੇਗੇ, ਦੇਖ ਸਕਦੇ ਹੋ MRF ਦੇ ਕੰਪਨੀ ਦੇ ਟਾਇਰ ਨੇ। ਅਤੇ ਫਰੰਟ ਟਾਇਰ ਵੀ ਬਾਈ ਜੀ MRF ਦੇ ਨੇਗੇ। ਠੀਕ ਹੈ ਜੀ, ਅਤੇ PV 50 ਨੰਬਰ ਹੈਗਾ ਅਤੇ ਸਿੰਪਲ ਕੱਪੜੇ ਦੀ ਛਾਤਰੀ ਲੱਗੀ ਹੈ। ਅਤੇ ਰੇਟ ਦੀ ਗੱਲ ਕਰੀਏ ਤਾਂ 5,30,000 ਰੁਪਇਆ ਰੇਟ ਆ ਬਾਈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਸਾਫ਼ ਕੰਡੀਸ਼ਨ ਆ, ਓਕੇ ਰਿਪੋਰਟ 'ਚ ਹੈਗੀ, ਸੁਪਰ ਮੈਕਸ ਆ। ਤਾਂ ਬਾਈ ਜੀ ਅਗਲਾ ਆਏਗਾ ਮਹਿੰਦਰਾ ਜੁਗੋ। ਠੀਕ ਹੈ, 575 DI। ਠੀਕ ਹੈ ਜੀ, ਚਾਰੇ ਟਾਇਰ ਇਹਦੇ ਵੀ ਨਵੇਂ ਨੇਗੇ ਅਤੇ ਝੋਟੇ ਗੇਅਰ ਵਾਲਾ ਹੈਗਾ ਇਹਦੀ। ਅਤੇ ਮਾਡਲ ਦੀ ਗੱਲ ਕਰੀਏ ਬਾਈ ਜੀ, ਮਾਡਲ ਹੈਗਾ ਗੱਬੀ ਅਤੇ 5,30,000 ਰੁਪਇਆ ਰੇਟ ਆ ਬਾਈ ਜੀ। 20 ਮਾਡਲ ਅਤੇ 5,30,000 ਰੁਪਇਆ ਰੇਟ ਆ। PV 51 ਨੰਬਰ ਆ ਬਾਈ ਜੀ। ਅਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ, ਅਤੇ ਬੰਪਰ ਦੇਖ ਸਕਦੇ ਬਾਈ ਜੀ, ਇਹਦੇ ਨਵੀਂ ਕੰਡੀਸ਼ਨ ਦਾ ਬੰਪਰ ਹੈਗਾ। ਠੀਕ ਹੈ ਜੀ, ਅਤੇ ਜਿਵੇਂ ਆਪਾਂ ਕਹਿ ਦਈਏ ਬੇਟ ਵਗੈਰਾ ਇਹਦੇ ਵਿੱਚ ਥੱਲੇ ਲੌਂਕੇ ਜਾਂਦੇ ਨੇਗੇ। ਅਤੇ ਪਾਵਰ ਸਟੇਅਰਿੰਗ ਹੈਗਾ, ਝੋਟਾ ਟਰੈਕ। ਅਤੇ ਅਗਲਾ ਹੈਗਾ ਮਹਿੰਦਰਾ ਅਰਜਨ ਅਲਟਰਾ 505 DI ਸੈਂਟਰ ਗੇਅਰ 'ਚ ਬਾਈ ਜੀ। ਠੀਕ ਹੈ ਜੀ, ਅਤੇ ਟਾਇਰ ਹੈਗੇ ਨੇਗੇ 90 ਪੈਸੇ ਇਹਦੇ ਵੀ। ਅਤੇ ਬਾਕੀ ਕੰਡੀਸ਼ਨ ਦੀ ਗੱਲ ਕਰੀਏ, ਸਾਫ਼ ਕੰਡੀਸ਼ਨ ਹੈਗੀ, ਓਕੇ ਰਿਪੋਰਟ 'ਚ ਜੀ। ਅਤੇ ਫਰੰਟ ਟਾਇਰ ਵੀ ਬਾਈ ਜੀ ਨਵੇਂ ਮੰਗੇ ਪਏ ਨੇਗੇ। ਅਤੇ PV 9 ਮਾਡਲ ਹੈਗਾ ਅਤੇ 19 ਮਾਡਲ ਆ ਬਾਈ ਜੀ। ਅਤੇ ਕੰਡੀਸ਼ਨ ਦੀ ਗੱਲ ਕਰੀਏ, ਐਨ ਵਧੀਆ ਕੰਡੀਸ਼ਨ ਦਾ ਪਿਆ ਹੈਗਾ। ਇਹ ਛਾਤਰੀ ਸਿੰਪਲ ਕੱਪੜੇ ਦੀ ਲੱਗੀ ਹੈ। ਅਤੇ ਰੇਟ ਦੀ ਗੱਲ ਕਰੀਏ ਬਾਈ ਜੀ, ਰੇਟ ਹੈਗਾ 5,60,000 ਰੁਪਇਆ। 5,60,000 ਰੁਪਇਆ ਰੇਟ ਹੈਗਾ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਅਗਲਾ ਹੈਗਾ ਬਾਈ ਜੀ 50-55 E ਜੌਂਡੀਅਰ ਟਰਬੋ ਵਾਲਾ ਬਾਈ ਜੀ। ਅਤੇ B3 'ਚ ਹੈਗਾ ਬਾਈ ਜੀ, ਸਾਈਡ ਗੇਅਰ 'ਚ ਹੈਗਾ। ਅਤੇ MRF ਦੇ 4 ਟਾਇਰ ਨਵੇਂ ਨੇਗੇ ਕੰਪਨੀ ਦੇ, ਜਿਵੇਂ ਆਪਾਂ ਕਹਿ ਦਈਏ। ਠੀਕ ਹੈ ਜੀ, ਰਿੰਬ ਵਗੈਰਾ ਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ, ਰਿੰਬ ਵਗੈਰਾ ਵੀ ਸਾਫ਼ ਪੈਣੇ। ਠੀਕ, ਪਾਵਰ ਸਟੇਅਰਿੰਗ 12 ਮਾਡਲ ਅਤੇ 5,20,000 ਰੁਪਏ ਰੇਟ ਆ ਬਾਈ ਜੀ। PV 2 ਅਤੇ 50 ਨੰਬਰ ਆ ਬਾਈ ਜੀ। ਕਲੋਪੀ ਵਗੈਰਾ ਤੁਸੀਂ ਦੇਖ ਸਕਦੇ ਹੋਗੇ, ਕਲੋਪੀ ਵਗੈਰਾ ਲੱਗੀ ਹੋਈ ਆ। ਕੰਡੀਸ਼ਨ ਦਾ ਐਨ ਜੈਨੂਅਨ ਸਾਫ਼ ਕੰਡੀਸ਼ਨ ਦਾ। ਠੀਕ ਹੈ, ਅਤੇ ਅਗਲਾ ਹੈਗਾ ਮਹਿੰਦਰਾ ਅਰਜਨ ਨੋਵੋ। ਅਤੇ 2022 ਮਾਡਲ ਹੈਗਾ ਨਵਾਂ, ਜਿਵੇਂ ਆਪਾਂ ਕਹਿ ਦਈਏ। 4 ਟਾਇਰ ਬਾਈ ਜੀ ਇਹਦੇ ਨਵੇਂ ਨੇ, ਦੇਖ ਸਕਦੇ ਬਾਈ ਜੀ, ਜਮਾਂ ਨਵੇਂ ਟਾਇਰ ਨੇਗੇ। ਅਤੇ ਬਾਕੀ ਟਾਇਰਦਾਨ ਦੀ ਗੱਲ ਕਰੀਏ ਤਾਂ ਬਾਈ ਜੀ ਫਲੈਟ, ਪੂਰਾ ਫਲੈਟ ਹੈਗਾ। ਝੋਟੇ ਗੇਅਰ ਵਾਲਾ ਹੈਗਾ ਬਾਈ ਜੀ, ਸਾਈਡ ਗੇਅਰ 'ਚ ਹੈਗਾ। ਡਬਲ ਡਿਸਟ੍ਰੀਬਿਊਟਰ, ਟੋਪ ਮਾਡਲ, ਨਵਾਂ ਟਰੈਕਟਰ ਜਿਹਦੇ ਨੇਗੇ। ਠੀਕ ਹੈ ਜੀ, ਅਤੇ 7,95,000 ਰੁਪਇਆ ਰੇਟ ਆ ਬਾਈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਸਾਫ਼ ਕੰਡੀਸ਼ਨ ਹੈਗੀ, ਓਕੇ ਰਿਪੋਰਟ। ਤਕਰੀਬਨ ਬਾਈ ਜੀ ਚੱਲਿਆ ਵੀ ਥੋੜ੍ਹਾ ਹੀ ਹੋਊਗਾ। ਅਤੇ ਅਗਲਾ ਹੈਗਾ ਫਾਰਮ 60 EPI ਵਾਲਾ। ਠੀਕ ਹੈ ਜੀ, ਅਤੇ ਮਾਡਲ ਦੀ ਗੱਲ ਕਰੀਏ ਬਾਈ ਜੀ, 18 ਮਾਡਲ ਹੈਗਾ, ਸੁਪਰ ਮੈਕਸ ਆ ਇਹਦੇ ਬਾਈ ਜੀ। ਸਾਈਡ ਗੇਅਰ 'ਚ ਆ ਜਾਣਾ ਝੋਟੇ ਗੇਅਰ ਵਾਲਾ। ਅਤੇ ਟਾਇਰ ਹੈਗੇ ਨੇ ਬਾਈ ਜੀ ਪਿਛਲੇ 75 ਪੈਸੇ ਅਤੇ ਫਰੰਟ ਹੈਗੇ ਨੇ 80-85 ਪੈਸੇ। ਅਤੇ PV 25 ਅਤੇ 5,60,000 ਰੁਪਇਆ ਰੇਟ ਹੈਗਾ। ਅਤੇ ਮਗਰਾਟਾ ਵਗੈਰਾ ਦੀ ਕੰਡੀਸ਼ਨ ਕਰੀਏ, ਮਗਰਾਟ ਵਗੈਰਾ ਵੀ ਸਾਫ਼ ਪੈਣਗੇ।
ਤੇ ਬਾਕੀ ਸ਼ਾਰ ਕਲੋਪੀ ਵਗੈਰਾ ਵੀ ਬਈ ਸਤਰੀ ਸਿੰਪਲ ਕੱਪੜੇ ਵੀ ਲੱਗੇ ਹੋਏ ਤੇ ਆਲਾ ਹੈਗਾ ਬਈ ਜੀ ਸੋਨਾਲੀਕਾ DI 60 RX ਤੇ ਟਾਇਰ ਚਾਰੇ ਨਵੇਂ ਨੇਗੇ PB 28 ਤੇ 2022 ਮਾਡਲ ਹੈਗਾ ਸਾਈਡ ਗੇਅਰ ਵਾਲਾ ਤੇ ਚੇਂਜਰ ਵਾਲਾ ਬਈ ਦੇਖ ਸਕਦੇ ਹੋ ਇਹ ਹੈਗਾ ਚੇਂਜਰ ਵਾਲਾ ਤੇ ਰੇਟ ਦੀ ਗੱਲ ਕਰੀਏ ਬਈ ਜੀ ਰੇਟ ਹੈਗਾ 7,65,000 ਰੁਪਇਆ ਤੇ ਆਲਾ ਹੈਗਾ 50-60 ਈ ਜੌਨ ਡੀਅਰ B2 ਚ ਕਲਰ ਸਵਿਫਟ ਚ ਸਾਈਡ ਗੇਅਰ ਚ ਆ ਜਾਂਦਾ ਬਈ ਜੀ ਟਾਇਰ ਹੈਗੇ ਨੇ ਬਈ ਜੀ 75 ਦੇ ਪੈਸੇ ਤੇ ਬਾਕੀ ਕੰਡੀਸ਼ਨ ਦਿਖਾਈ ਤੁਹਾਨੂੰ ਮਰਾਟਾ ਵਗੈਰਾ ਦੀ ਕੰਡੀਸ਼ਨ ਵੀ ਸਾਫ ਹੀ ਹੈਗੇ ਤੇ ਫਰੰਟ ਟਾਇਰ ਵੀ ਹੈਗੇ ਬਈ 65 ਦੇ ਤੇ ਠੀਕ ਹੈ ਜੀ ਬਾਕੀ ਕੰਡੀਸ਼ਨ ਸਾਫ ਦੇ ਸਕਦੇ ਨੇ ਤੇ ਆ ਦੇ ਸਕਦੇ ਬਈ ਜੀ ਅਜੇ ਤੱਕ ਮੂਹਰਾ ਵਗੈਰਾ ਕੰਪਨੀ ਵੱਲੋਂ ਆਏ ਨੇ ਉਹ ਵੀ ਲੱਗੇ ਹੋਣੇ ਬਈ ਇਹ 17 ਮਾਡਲ ਆ ਤੇ 5,95,000 ਰੁਪਏ ਰੇਟ ਹੈ ਠੀਕ ਹੈ ਤੇ ਬਾਕੀ ਦੇਖ ਸਕਦੇ ਨੇ ਕੰਡੀਸ਼ਨ ਦਾ ਸਾਫ ਹੈਗਾ ਤੇ ਰਿੰਬ ਵਗੈਰਾ ਦੀ ਗੱਲ ਕਰੀਏ ਤਾਂ ਰਿੰਬ ਵਗੈਰਾ ਵੀ ਬਈ ਜੀ ਸਾਫ ਹੈ ਓਕੇ ਰਿਪੋਰਟ ਦੇ ਨੇ ਤੇ ਆਲਾ ਹੈਗਾ ਸਪੈਸ਼ਲ ਐਡੀਸ਼ਨ ਵਾਲਾ ਹੈਗਾ 3630+ ਬਈ ਠੀਕ ਹੈ ਸਾਈਡ ਗੇਅਰ ਟਾਇਰ ਹੈਗੇ ਨੇਗੇ ਪਿਛਲੇ 85-90 ਪੈਸੇ ਕਲੋਪੀ ਵਗੈਰਾ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਬਈ ਜੀ ਤੇ ਪਾਵਰ ਸਟੇਅਰਿੰਗ ਫਰੰਟ ਟਾਇਰ ਹੈਗੇ ਨੇ ਬਈ ਜੀ 85 ਪੈਸੇ ਤੇ ਨਿਊ ਹੋਲੈਂਡ PV29 ਮੋਗੇ ਦਾ ਨੰਬਰ ਆ ਬਈ ਜੀ 20 ਮਾਡਲ ਤੇ 7,60,000 ਰੁਪਏ ਰੇਟ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਕੰਡੀਸ਼ਨ ਹੈ ਤੇ ਆਲਾ ਹੈਗਾ ਬਈ ਜੀ ਕਬੋਟਾ ਕਬੋਟਾ ਤੇ MU 5502 ਤੇ ਨਵਾਂ ਟਰੈਕਟਰ ਜਿਹਨੂੰ ਅਜੇ ਕਹਿੰਦੇ ਬਈ ਜੀ ਏਜੰਸੀ 'ਚੋਂ ਲਾਂਚ ਹੀ ਹੋਇਆ ਪਿਛਲੇ ਟਾਇਰ ਜਮ੍ਹਾਂ ਨਵੇਂ ਨੇ ਤਕਰੀਬਨ ਬਈ ਜੀ ਚੱਲੇ ਹੋਏ ਥੋੜ੍ਹੇ ਹੋਊਗਾ ਝੋਟੇ ਗੇਅਰ 'ਚ ਆ ਜਾਂਦਾ ਗਾ ਤੇ ਮਾਡਲ ਦੀ ਗੱਲ ਕਰੀਏ ਬਈ ਜੀ ਮਾਡਲ ਹੈਗਾ 23 ਜਮ੍ਹਾਂ ਨਵਾਂ ਤੇ 8,65,000 ਰੁਪਏ ਰੇਟ ਆ ਬਈ ਜੀ 8,65,000 ਰੁਪਏ ਰੇਟ ਹੈਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਕੰਡੀਸ਼ਨ ਹੈ ਓਕੇ ਰਿਪੋਰਟ ਲਓ ਬਈ ਜੀ ਅਗਲਾ ਹੈਗਾ 50-50E ਜਿਵੇਂ ਕਹਿੰਦੇ ਬਾਵਾ ਮੰਗ ਗਈ ਸੀਗੀ ਇਹਦੀ ਵੀ ਸਾਈਡ ਗੇਅਰ 'ਚ ਹੈਗਾ ਤੇ ਸਾਰਾ ਟਰੈਕਟਰ ਜੈਨੂਨ ਆ ਬਾਂਪਰ ਤੱਕ ਪੇਂਟ ਨਹੀਂ ਹੈਗਾ ਬਾਈ ਜੀ ਦੇਖ ਸਕਦੇ ਹੋ ਬਾਂਪਰ ਤੱਕ ਹਾਲੇ ਤੱਕ ਪੇਂਟ ਨਹੀਂ ਹੈਗਾ 14 ਮਾਡਲਾਂ ਤੇ 4,90,000 ਦੇ ਰੇਟ ਆ ਤੇ ਟਾਇਰਾਂ ਦੀ ਗੱਲ ਕਰੀਏ ਤੇ ਬਾਈ ਜੀ 85-90 ਪੈਸੇ ਟਾਇਰ ਪੈਣਗੇ ਜੀ ਠੀਕ ਹੈ ਜੀ 50-50E ਤੇ ਆਲਾ ਹੈਗਾ ਫਾਰਮ ਟਰੈਕ 60 ਪੰਜਾਬ ਨੰਬਰ ਤੇ ਬਿਨਾ ਪਾਵਰ ਸਟੇਅਰਿੰਗ ਤੋਂ ਠੀਕ ਹੈ ਜੀ ਤੇ 8 ਮਾਡਲ ਆ ਬਾਈ ਜੀ ਸਾਰਾ ਟਰੈਕਟਰ ਜੈਨੂਨ ਹੈ ਵੀ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ ਬਾਈ ਜੀ 80-85 ਪੈਸੇ ਦੇ ਫਰੰਟ ਵੀ ਬਾਈ ਜੀ ਤੇ 2,60,000 ਰੁਪਏ ਰੇਟ ਹੈਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਾਕੀ ਜੇ ਕਿਸੇ ਨੇ ਬਾਈ ਘੱਟ ਜ਼ਮੀਨ ਵਾਲੇ ਬਾਈ ਨੇ ਲੈਣਾ ਉਹਦੇ ਲਈ ਪੂਰਾ ਬੈਟਰ ਹੈਗਾ ਇੰਜਨ ਗੇਅਰ ਦਾ ਵੀ ਬਾਈ ਇਹ ਪੂਰਾ ਓਕੇ ਆੜ ਆਏਗਾ 36T4 ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਸਾਰਾ ਟਰੈਕਟਰ ਲੈਣ ਨੂੰ ਪਿਛਲੇ ਟਾਇਰ ਹੈਗਾ ਬਾਈ ਜੀ ਅੱਧੇ ਤੇ ਫਰੰਟ ਟਾਇਰ ਹੈਗਾ ਬਾਈ ਜੀ 45 ਰੁਪਏ ਸੇ ਤੇ 94 ਮਾਡਲ ਆ ਤੇ 1,50,000 ਰੁਪਏ ਦਾ ਬਾਈ ਜੀ ਰੇਟ ਹੈਗਾ ਤੇ ਅਗਲਾ ਹੈਗਾ ਬਾਈ ਜੀ ਫੋਰਡ ਨਿਊ ਹੋਲੈਂਡ 3630 ਮੈਂ ਕਹਿੰਦੀ ਪੁਰਾਣਾ ਮਾਡਲ ਤੇ ਮਗਰਾਟ ਦੇਖ ਸਕਦੇ ਬਾਈ ਜੀ ਇਦਾਂ ਦੀ ਕੰਡੀਸ਼ਨ ਤੇ ਪਹਿਲਾਂ ਮਗਰਾਟ ਹੁੰਦੀ ਸੀ ਪਹਿਲਾਂ ਆ ਕੰਡੀਸ਼ਨ ਦੇ ਸੀ ਠੀਕ ਹੈ ਜੀ ਤੇ ਨਿਊ ਹੋਲੈਂਡ 3630 2001 ਮਾਡਲ ਤੇ 3,45,000 ਰੁਪਏ ਰੇਟ ਆ ਤੇ ਸਿੰਪਲ ਸਟੀਅਰਿੰਗ ਆ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ 4 ਨਵੇਂ ਮੰਗੇ ਨੇ ਠੀਕ ਹੈ ਟਾਇਰ ਵਗੈਰਾ ਵਧੀਆ ਐਂਡ ਕੰਡੀਸ਼ਨ ਦੇ ਪੈਣੇ ਤੇ ਆਲਾ ਹੈਗਾ ਬਾਈ ਜੀ ਮਹਿੰਦਰਾ 265 DI 97 ਮਾਡਲ ਆ ਤੇ 1,35,000 ਰੁਪਏ ਰੇਟ ਹੈਗਾ ਟਾਇਰ ਹੈਗੇ ਨੇ ਅੱਧੇ ਬਾਈ ਜੀ 4 ਠੀਕ ਹੈ ਜੀ ਤੇ ਇਹ ਵੀ ਬਾਈ ਜੀ ਪੰਜਾਬ ਨੰਬਰ ਹੈਗਾ ਤੇ ਆਲਾ ਹੈਗਾ ਅਰਜਨ 605 ਤੇ ਤਕਰੀਬਨ ਬਾਈ ਜੀ 3 ਸਪੀਡ 'ਚ ਆ ਗਿਆ ਟਾਇਰ ਹੈਗੇ ਨੇ 90 ਪੈਸੇ ਤੇ ਫਰੰਟ ਬਾਈ ਜੀ ਹੈਗਾ 85 ਪੈਸੇ ਠੀਕ ਹੈ ਜੀ ਤੇ ਸੈਂਟਰ ਗੇਅਰ 'ਚ ਆ ਜਾਂਦਾ ਬਾਈ ਜੀ ਇਹ ਤੇ 9 ਮਾਡਲ ਤੇ 3,60,000 ਰੁਪਏ ਰੇਟ ਹੈਗਾ 3 ਸਪੀਡ ਵਾਲਾ ਬਾਈ ਦੇਖ ਸਕਦੇ ਹੋ ਤੇ ਆਲਾ ਹੈਗਾ ਬਾਈ ਜੀ ਸੋਨਾਲੀਕਾ DI ਤੇ RX ਸਾਈਡ ਗੇਅਰ ਟਾਇਰ ਹੈਗੇ ਪਿਛਲੇ ਬਾਈ ਜੀ 60-65 ਪੈਸੇ ਤੇ ਫਰੰਟ ਟਾਇਰ ਵੀ ਬਾਈ ਜੀ RX ਤੇ ਮਾਡਲ ਦੀ ਗੱਲ ਕਰੀਏ 2014 ਮਾਡਲ ਤੇ 4,45,000 ਰੁਪਏ ਰੇਟ ਹੈ ਤੇ ਪਾਵਰ ਸਟੀਅਰਿੰਗ ਦਾ ਬਾਈ ਦੇਖ ਸਕਦੇ ਹੋ ਤੇ ਅਗਲਾ ਹੈਗਾ ਮਹਿੰਦਰਾ 475 ਠੀਕ ਹੈ ਜੀ DI ਸਰਪੰਚ ਠੀਕ ਹੈ ਜੀ ਤੇ ਪਿਛਲੇ ਟਾਇਰ ਹੈਗੇ ਬਾਈ ਜੀ 75 ਪੈਸੇ ਤੇ ਫਰੰਟ ਬਾਈ ਜੀ ਹੈਗੇ 65 ਪੈਸੇ ਤੇ 6 ਮਾਡਲ ਤੇ 2,30,000 ਰੁਪਏ ਰੇਟ ਆ ਬਾਈ ਜੀ ਤੇ ਬੈਟਰੀ ਪੱਖੋਂ ਵਧੀਆ ਹੈਗਾ ਬਾਈ ਜੀ ਬਰਾਊਨ ਵਗੈਰਾ ਦੀ ਬੈਟਰੀ ਰੱਖੀ ਹੋਈ ਹੈ ਬਾਕੀ ਜੀ ਤੇ ਕੰਡੀਸ਼ਨ ਦੀ ਗੱਲ ਕਰੀਏ ਸਾਫ਼ ਕੰਡੀਸ਼ਨ ਦਾ ਬਾਈ ਜੀ ਇਹ ਦੇਖ ਸਕਦੇ ਹੋਗੇ ਤੇ ਸਿੰਗਲ ਡਿਸਟ੍ਰੀਬਿਊਟਰ ਹੈਗਾ ਓਕੇ ਰਿਪੋਰਟ ਹੈ ਜੀ ਤੇ 6 ਮਾਡਲ ਬਾਈ ਜੀ ਹਾਈ ਸਪੀਡ ਵਾਲਾ ਹੈ ਜੀ